ਗੱਲ ਇਹ ਆਏ ਜੀ ਜੀ ਆ ਫੈਂਦਾ ਪਪੀਰ ਜੀ ਆ ਉਹਦੇ ਕੋਲ ਰਸ਼ ਬੜਾ ਹੈ ਹਾਂਜੀ ਹਾਂਜੀ ਦੋ ਮਿੰਟ ਲਾਉਂਦੇ ਹਾਂ ਆਪਾਂ ਬਰੇਕ ਠੀਕ ਹੈ ਜੀ ਆ ਕੀ ਸ਼ਾਮ ਬੈ ਅੰਬ ਆ ਅੰਬ ਦੇ ਮੋੜ ਦੇ ਨਾਲ ਬੰਨਿਆ ਠੱਡੀ ਚਾਹ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਬੰਨਿਆ ਹੈ ਜੇ ਸੜੋ ਸੀ ਉਹ ਪੀਰ ਫਾਰੇਗ ਹਾਂਜੀ ਹਾਂਜੀ ਉਹ ਸੜਾ ਆਪਾਂ ਦੋਵੇਂ ਜੇ ਸਾਹ ਠੀਕ ਹੈ ਜੀ ਤੇ ਗੱਲ ਸੁਣ ਲੈ ਮੇਰੀ ਹਾਂਜੀ ਹਾਂਜੀ ਪਹਿਲੇ ਮੇਰੀ ਸ਼ਾਦੀ ਹੋਣੀ ਪਹਿਲੇ ਮਾਂ ਤਵੀਤ ਲੈਣਾ ਵੱਡਾ ਜੀ ਤੂੰ ਹੈ ਨਾ ਹਾਂ ਵੱਤ ਆਖੇ ਤੂੰ ਮੇਰੀ ਰੋਜ਼ੀ ਦੇ ਵਿੱਚ ਲਾਤੜ ਉਸੇ ਤੇ ਮਾਂ ਚੜਨਾ ਉਹ ਕਾਰ ਕਰਸਾ ਜਿਹੜੀ ਮੇਰੇ ਪਿਓ ਕੀਤੀ ਆਈ ਸਮਝ ਆ ਗਈ ਸਮਝ ਆ ਗਈ ਚੁੱਪ ਕਰਕੇ ਲੈਣਾ ਵੱਤ ਹੀ ਕੋਰਾ ਪਰ ਸੱਜੇ ਖੰਬੇ ਹੋਵੇਂ ਖਰਾਦਾ ਕੋਰਾ ਪਰ ਅੱਛਾ ਬਾਤ ਅੱਛਾ ਮੁੰਨਾ ਅਰੇ ਗੋਲਾ ਮਾਨ ਤੇ ਤਾਂ ਆਪਾਂ ਸਾਹ ਲੈ ਲੈਂਦੇ ਆ ਠੀਕ ਹੈ ਹਾਂ ਅੱਜ ਤਾਂ ਦਿਹਾੜਾ ਹੀ ਹੋ ਜਿਹਾ ਚੜਿਆ ਕੋਈ ਗਾਹ ਕਿ ਨਹੀਂ ਆਉਂਦਾ ਪਿਆ ਸਾਰੇ ਖਲੀਫੇ ਵੱਲੀ ਬੈਠੇ ਆ ਇਹ ਗੱਲ ਹੋਈ ਹੈ ਕੋਈ ਫੁੱਕਾ ਸ਼ੁੱਕਾ ਦਵਾ ਸ਼ਵਾ ਕਰਵਾ ਕੋਈ ਆਵੇ ਆ ਹੈ ਹੁਣੇ ਆ ਵੈਂਦਾ ਅੱਛਾ ਹੁਣੇ ਦਵਾ ਕਰੇ ਨੇ ਲੈਣਾ ਲਾਗ ਵੈਸੇ ਚਲ ਦਵਾ ਸ਼ਵਾ ਕੋਈ ਕਰੋ ਇਹ ਤਾਂ ਸਾਰੇ ਖਲੀਫੇ ਇਕੱਠੇ ਬੈਠੇ ਵੇਖ ਕਰਮਦੇ ਕੇ ਇਹ ਆ ਜੀ ਆ ਕੇ ਕਰ ਜਾਣਾ ਕੰਮ ਸ਼ਾਮ ਨਹੀਂ ਚੱਲਦਾ ਅੱਲਾ ਕਰੇ ਸੀ ਤੇ ਕੰਮ ਚੱਲਣ ਲੱਪ ਸੀ ਵੇਚਾ ਸੀ ਆ ਕੇ ਮੁੱਛ ਅਸਲਾਮ ਅਲੈਕਮ ਜੀ ਇੱਥੇ ਸਰਕਾਰ ਸੁਣਿਆ ਪੀਰ ਹੈ ਅਤੇ ਸਾਈ ਕੋਈ ਮੇਰਾ ਕੰਮ ਨਹੀਂ ਚੱਲਦਾ ਤਾਂ ਕੋਈ ਰੱਖੂ ਸ਼ੱਖੂ ਦੇ ਉਹ ਆ ਉਹ ਬਹੁਤ ਤਾਂ ਸਹੀ ਨਾ ਦੱਸੋ ਮੈਨੂੰ ਪਤਾ ਜਿਹੜੇ ਕੰਮ ਤੁਸੀਂ ਆਏ ਹੋ ਆਹਾ ਇਹ ਮੇਰਾ ਖਿਆਲ ਹੈ ਕੰਮ ਹੋ ਗਿਆ ਸਾਡਾ ਮੈਨੂੰ ਪਤਾ ਜਿਹੜੇ ਕੰਮ ਤੁਸੀਂ ਆਏ ਹੋ ਸਾਨੂੰ ਤਾਂ ਵੀ ਦਿਲ ਬਿਲਕੁਲ ਕੋਈ ਕੰਮ ਦਾ ਬੱਠਾ ਪੈ ਗਿਆ ਉਸ ਨੇ ਤੁਸੀਂ ਇੱਧਰ ਰੋਕ ਕੀਤਾ ਦੇਵਣਾ ਤਾਂ ਇਹ ਅੱਲਾ ਸਾਈ ਜੀ ਬਿਲਕੁਲ ਕੋਈ ਸ਼ੱਕ ਨਹੀਂ ਨਮਾਜ਼ ਪੜ੍ਹੀ ਕਰੋ ਪੰਜ ਟਾਈਮ ਬਾਕੀ ਤਾਂ ਰੱਖਾ ਸ਼ੱਖਾ ਦੇ ਲੈ ਦੇ ਬਈ ਰੱਖਿਆ ਕੋਈ ਅੱਛਾ ਜੀ ਵਿਸ ਵੀ ਦੇ ਨੂੰ ਦੇਵੇ ਜੀ ਪੀ ਜੀ ਦੇਖ ਤਰ ਕੰਮ ਨਹੀਂ ਦੇ ਰਾਮ ਤਾਂ ਬਰਕਤਾਂ ਹੋ ਜਾਸਣ ਆ ਜਿਹੜਾ ਤਵੀਤ ਹੈ ਇਹ ਤੁਹਾਡੀ ਚੋਂਡਾ ਹੀ ਪਊਗੀ ਅੱਛਾ ਅੱਛਾ ਇਹ ਦੁਕਾਨ ਬੰਦ ਕਰਕੇ ਤੇ ਇਹਦਾ ਪਾਣੀ ਛਿੜਕਾਉਣੇ ਜੀ 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 ਬਿਲਕੁਲ ਸਮਾਂ ਲੱਗ ਗਏ ਕਿਆ ਨਰਨਿਆ ਪੀ ਲੈਣਾ ਹੈ ਕੀ ਗਲਾ ਹਲੇ ਨਾ ਅੱਛਾ ਕੰਮ ਤੇਰਾ ਟੋਰ ਵਈ ਸੀ ਜੀ ਦੇ ਉਦਾਈ ਚਾਲ ਵਈ ਸੀ ਚਿੰਤਾ ਨਾ ਕੀਤੀਆ ਕਰ ਅੱਛਾ ਹਾਂ ਉਹਨੇ ਪਰੇਸ਼ਾਨ ਹੋਇਆ ਵਾਲਾ ਬੜੀ ਗੱਲ ਹੈ ਯਾਰ ਪੀਰ ਉਹਦੀ ਪੈਸੇ ਨਹੀਂ ਲੈਂਦੇ ਤੇ ਖਲੀਫੇ ਤਵੀ ਜੀ ਦਿੰਦੇ ਪੈਣ ਤੇ ਕਾਰੋਬਾਰ ਤਾਂ ਬਿਲਕੁਲ ਚੱਲਣਾ ਹੀ ਚੱਲਣਾ ਉਹ ਪੈਸੇ ਅਸਾਂ ਤੇਰੇ ਕੋਲ ਵਸੂਲ ਕਰ ਲਈ ਸਾਂ ਜੇ ਲੈ ਤੇਰਾ ਕੰਮ ਚੱਲ ਗਿਆ ਠੀਕ ਆਹ ਜੀ ਤੇਰੇ ਕੋਲ ਤਾਂ ਜੇ ਬਈ 5 ਰੁਪਏ ਹੀ ਕੇ ਨੋ ਇਹ ਗੱਲ ਪੀਰ ਸੱਚੀ ਕੀਤੀ ਹੈ ਪੀਰ ਬਈ ਪਰਨੀ ਵਾਲਾ ਪੀਰ ਉਹ ਪੀਰ ਜੀ ਸਾਡਾ ਸਾਨੂੰ ਖਲੀਫਿਆਂ ਨੂੰ ਪਤਾ ਹੁੰਦਾ ਹੈ ਵਾ ਪੀਰ ਕੋਲ ਕੇ ਸ਼ਾ ਕਾਜ ਨਹੀਂ ਹਾਂ ਯਾ ਖਲੀਫਿਆਂ ਨੂੰ ਪਤਾ ਹੁੰਦਾ ਆ ਤੇਰਾ ਕੰਮ ਚੱਲ ਵਈ ਸੀ ਮੋੜ ਤੇਰੇ ਕੋਲ ਲਾ ਲਈ ਸਾਂ ਸ਼ਰੀਣੀ ਪੂਰਾ ਬੱਕਰਾ ਹਾਂ ਬੱਕਰਾ ਲਾ ਲਈ ਸਾਂ ਉਹ ਚੂੰਟ ਜਾ ਕਰਨੀ ਵਾਲਾ ਤੇ ਪੈਸੇ ਹੀ ਨਹੀਂ ਲਾਇਆ ਮੈਂ ਸਾਡੇ ਕੋਲ ਮੈਨੂੰ ਮਲੋ ਮੰਦਾ ਬੇ ਬਹੁ ਵੱਡਾ ਪੀ ਰਹੀ ਹੈ ਬਹੁ ਵੱਡਾ ਪੀ ਪੀਰ ਕੋਲ ਰਾਜ ਸ਼ਈ ਹਾਂਜੀ ਹਾਂਜੀ ਮੁੱਕ ਗਿਆ ਮੁੱਕ ਗਿਆ ਚਲਾ ਆਪਾਂ ਵੀ ਚਲਾ ਚਲਾ ਐ ਸਾਡੀ ਦੀ ਕਹੇਗਾ ਟੋਰ ਲੱਗੇ ਸਲਾਮ ਹੋਵੇ ਮੁਰਸ਼ਦ ਸਾਹਿਬ ਗੱਲ ਹੈ ਅਸੀਂ ਬੜੇ ਦੂਰੋਂ ਆਇਆ ਠੀਕ ਹੈ ਤੇ ਸ਼ਾਦੀ ਨਹੀਂ ਪਿਉਂਦੀ ਅੱਛਾ ਕੋਈ ਅਯੋ ਜਿਹਾ ਤਵੀਤ ਦਿਓ ਅਯੋ ਜਿਹਾ ਤਵੀਤ ਦਿਓ ਕਿ ਸਾਡੀ ਸ਼ਾਦੀ ਹੋ ਜਾਵੇ ਅੱਛਾ ਸ਼ਾਦੀ ਹੋ ਜਾਵੇ ਹਾਂ ਪਹਿਲੇ ਮੈਂ ਕਰਨੀ ਹੈ ਪਹਿਲੇ ਮੇਰੀ ਹੋਣੀ ਹੈ ਪਹਿਲੇ ਮੈਂ ਕਰਨੀ ਹੈ ਸਲਾਹ ਕਰ ਲੋ ਦੋ ਵਜੇ ਚਲਾ ਹੋਈ ਪਈ ਹੋਈ ਪਈ ਹੈ ਪਹਿਲੇ ਮੈਂ ਕਰਨੀ ਹੈ ਖਬਰਦਾਰ ਤੇ ਸ਼ਾਦੀ ਤਾਂ ਤੂੰ ਦਾਂ ਲੈ ਸਿੱਤਾ ਮੇਰੀ ਹੋਣੀ ਪੀਰਾ ਮੇਰੀ ਮੈਂ ਕਰਨੀ ਹੈ ਇਹ ਗੱਲ ਦੇਣ ਦੇ ਰੱਖ ਲੈ ਸ਼ਾਦੀ ਪਹਿਲੇ ਮੈਂ ਕਰਨੀ ਸੱਤਾ ਲਈ ਲੜਦੇ ਪਏ ਹੋ ਤਾਂ ਪਹਿਲੇ ਸਲਾਹ ਕਰੋ ਮੋਟ ਤੁਹਾਨੂੰ ਤੁਹਾਡਾ ਕੋਈ ਇੰਤਜ਼ਾਮ ਕਰੇ ਆਇਓ ਲੰਤੀ ਆ ਦੱਸ ਕਾ ਕਈ ਦੀ ਸ਼ਾਦੀ ਹੋਣੀ ਹੈ ਪਹਿਲੇ ਮੇਰੀ ਹੋਣੀ ਹੈ ਜੀ ਉੱਥੇ ਕੀ ਤੋਇਆ ਕਿਆ ਓਏ ਉੱਥੇ ਛੋੜਾ ਹੀ ਇੱਥੇ ਮੇਰੀ ਹੋਣੀ ਹੈ ਜੀ ਪਹਿਲੇ ਪਹਿਲੇ ਸ਼ਾਦੀ ਹੋਣੀ ਮੇਰੀ ਛੋਟਾ ਮਾਇਆ ਹਕੂਕ ਪਹਿਲੇ ਛੋਟੇ ਦੇ ਹੁੰਦੇ ਨੇ ਸਾਰੇ ਹਾਂ ਛੋਟੇ ਦੇ ਹਕੂਕ ਛੋਟਾ ਛੋਟਾ ਦਾ ਹੁੰਦਾ ਹਕੂਕ ਹਾਂਜੀ ਹਾਂਜੀ ਹਾਂ ਛੋਟੇ ਦੇ ਹਕੂਕ ਹੁੰਦੇ ਨੇ ਸਾਰੇ ਹੈਨਾ ਆ ਜਾ ਆਰਾਮ ਨਾਲ ਓਏ ਕਿਉਂ ਤੋ ਲੜਦੇ ਓ ਕਹੀ ਕਿ ਪਹਿਲੇ ਮੇਰੀ ਹੋਣੀ ਹੈ ਸਾਡੀ ਮੇਰੀ ਮੇਰੀ ਹੋਣੀ ਹੈ ਸ਼ਾਦੀ ਮੇਰੀ ਨਾ ਹੋਈ ਤੇ ਮੁੜ ਵੇਖ ਲਵੀ ਪਹਿਲੇ ਮੇਰੀ ਹੋ ਜਾਸੀ ਬਾਜੋ
काले रंग दा लुंडा एक माज लाया कदो जी बस एक काल तुसा लाया ये तो साडे कोल आए पर लाए ओ काम तोड़ा हो गया समझो हो गया पास हो गया को तवी शवी दे हो साधु कल लाए हम तो मोट तो तवी दे सा गाल सुन लो मा जो होवे जंदे सिंह नाव में अच्छा समय लाग गए अच्छा सिंह गाली काज न लाए तो चोरी दी ना होवे दूर और की शक क्या एक बकरा बकरा हां काला बकरा होवे जंदा पूछल को होवे तेरे जड्डा होवे बकरा हां मेरे जड्डा लाई आया ठीक हो गया हां उठाओ ठीक बकरा ही आ गया मौजा मारिये माल शाल लाभ गया तुम्हें अल्लाह वारे से कोई हो ला भाई ये सारे मेरे अल्लाह दी रहमत है चंगी गल दुआ कीती करो हाय अल्लाह दी रहमत सारे अरे तकबीर अल्लाह हू